ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਿਏਟਨਾਮ ਦੀ ਆਪਣੀ ਪਹਿਲੀ ਯਾਤਰਾ ਦੇ ਆਖਰੀ ਦਿਨ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਕਾਰੋਬਾਰੀ ਸਬੰਧਾਂ ਤੇ ਪਾਈਵਾਲੀਆਂ ਬਾਰੇ ਵਿਚਾਰ ਚਰਚਾ ਕੀਤੀ ਸੀ ਅਤੇ ਆਪਣੇ ਮਰਹੂਮ ਮਿੱਤਰ ਤੇ ਸਹਿਕਰਮੀ ਸੈਨੇਟਰ ਜੋਹਨ ਦੇਸਮਾਰਕ ਤੇ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਬਾਈਡਨ ਨੇ ਵਿਏਟਨਾਮ ਦੇ ਪ੍ਰਧਾਨ ਮੰਤਰੀ ਫੋਮ ਮਿੰਚਨ ਨਾਲ ਮੁਲਾਕਾਤ ਕੀਤੀ ਜੋ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਅਮਰੀਕੀ ਤੇ ਵਿਏਟਨਾਮ ਦੇ ਉਦਯੋਗਪਤੀਆਂ ਦੀ ਮੀਟਿੰਗ 'ਚ ਵੀ ਹਾਜ਼ਰ ਰਹੇ ਬਾਈਡਨ ਨੇ ਵਿਏਟਨਾਮ ਦੇ ਰਾਸ਼ਟਰਪਤੀ ਵੋ ਵਾਨ ਥੋਂਗ ਨਾਲ ਵੀ ਮੁਲਾਕਾਤ ਕੀਤੀ ਥੋਂਗ ਨੇ ਬਾਈਡਨ ਦੇ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਬਾਈਡਨ ਨੇ ਵਿਏਟਨਾਮ ਦੀ ਸੈਮੀਕੰਡਕਟਰ ਇੰਡਸਟਰੀ ਨੂੰ ਮਜ਼ਬੂਤ ਕਰਨ ਅਤੇ ਮੁਕਤ ਪਰ ਸ਼ਾਂਤ ਖੇਤਰ ਪ੍ਰਤੀ ਆਪਣੇ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ ਉਹਨਾਂ ਨੇ ਵੱਖ-ਵੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ ਮੇਰਾ ਅੱਜ ਦਾ ਸੁਨੇਹਾ ਬਿਲਕੁਲ ਸੋ ਹੈ ਇਸੇ ਤਰ੍ਹਾਂ ਕੰਮ ਕਰਦੇ ਰਹੋ ਸਾਨੂੰ ਆਪਣਾ ਸਹਿਯੋਗ ਵਿਕਸਿਤ ਕਰਨ ਤੇ ਅੱਗੇ ਵਧਾਉਣ ਦੀ ਲੋੜ ਹੈ ਸਾਨੂੰ ਨਵੀਆਂ ਪਾਈਵਾਲੀਆਂ ਬਣਾਉਣ ਦੀ ਲੋੜ ਹੈ ਰਾਸ਼ਟਰਪਤੀ ਜੋ ਬਾਈਡਨ ਨੇ ਬੀਤੇ ਦਿਨ ਕਿਹਾ ਸੀ ਕਿ ਹਾਨੋਈ ਨਾਲ ਸੰਬੰਧ ਮਜ਼ਬੂਤ ਕਰਨ ਦੇ ਲਈ ਉਹਨਾਂ ਦੀ ਵਿਏਟਨਾਮ ਯਾਤਰਾ ਚੀਨ ਨਾਲ ਠੰਡੀ ਜੰਗ ਸ਼ੁਰੂ ਕਰਨ ਦੀ ਕੋਸ਼ਿਸ਼ ਬਾਰੇ ਨਹੀਂ ਬਲਕਿ ਇੱਕ ਸਮੇਂ ਅੰਦਰ ਪੂਰੇ ਏਸ਼ੀਆ 'ਚ ਅਮਰੀਕੀ ਸਬੰਧਾਂ ਦਾ ਨਿਰਮਾਣ ਕਰਕੇ ਆਲਮੀ ਸਥਿਰਤਾ ਪ੍ਰਦਾਨ ਕਰਨ ਦੀ ਵੱਡੀ ਕੋਸ਼ਿਸ਼ ਦਾ ਹਿੱਸਾ ਸੀ ਜੀ20 ਸੰਮੇਲਨ ਮਗਰੋਂ ਵਿਏਟਨਾਮ ਪੁੱਜੇ ਬਾਈਡਨ ਨੇ ਕਿਹਾ ਸੀਗਾ ਕਿ ਇਹ ਚੀਨ ਨੂੰ ਕੰਟਰੋਲ ਕਰਨ ਬਾਰੇ ਨਹੀਂ ਹੈ